पर इत्थे एक होर दिक्कत आई है वीरो, हुण वीडियो बनाउणियां बहुत घट करती हैं, हुण मैं सिर्फ अपाहिज लोक जिहड़े बिल्कुल मंजे ते पए आ उहनां दी वीडियो बनाउंदा ज़्यादातर, जां बहुत बजुर्ग ने मतलब कि जिन्हां तों कम नहीं हो सकदा गा। उहदा कारण सुण लो, जे लोक वीडियो देखण दा हक रखदे ने तुहाडी, ਉਹ ਲੋਕ ਜਿਨ੍ਹਾਂ ਨੇ ਕਦੇ ਪੈਸਾ ਨਹੀਂ ਦਿੱਤਾ ਅਤੇ ਉਹ ਲੋਕ ਜੇ ਤੁਹਾਡੀਆਂ ਵੀਡੀਓ ਦੇਖਦੇ ਨੇ, ਤੁਸੀਂ ਦਰਦ ਵੰਡਾਉਂਦੇ ਹੋ, ਤਾਂ ਉਹ ਲੋਕ ਤੁਹਾਨੂੰ ਜੇ ਪੁੱਛ ਵੀ ਲੈਂਦੇ ਆ ਯਾਰ ਉਹਦੇ ਵਿੱਚ ਕੀ ਹਰਜ਼ ਹੈ। ਇੱਕ ਬਲਵਿੰਦਰ ਬਾਈ ਸੀ ਉਹ ਸਾਊਦੀ ਅਰਬ ਵਾਲਾ, ਉਹਦੇ ਬਾਰੇ ਬਹੁਤ ਪੁੱਛਦੇ ਆ ਲੋਕ ਵੀ ਉਹਦਾ ਕੀ ਬਣਿਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਦੀਪ ਸਿੰਘ ਥਲੀ ਹੈ। ਦੋਸਤੋ, ਇੰਨੀ ਦਿਨੀ ਗੋਲਡੀ ਪੀਪੀ ਪੁਨੀਤ ਅਤੇ ਇੱਕ ਬਘੇਲ ਸਿੰਘ ਨਾਮੀ ਵਿਅਕਤੀ ਵਿੱਚ ਵਿਵਾਦ ਕਾਫੀ ਵਧਿਆ ਹੋਇਆ, ਇਹਨਾਂ ਤਿੰਨਾਂ ਦੇ ਵਿਚਕਾਰ ਹੈ। ਪਰ ਬਹੁਤ ਸਾਰੇ ਲੋਕ ਕੁਝ ਬਘੇਲ ਸਿੰਘ ਦੇ ਤਰਫ ਤੋਂ ਸਮਰਥਕ ਨੇ ਅਤੇ ਬਹੁਤ ਸਾਰੇ ਨੌਜਵਾਨ ਅਤੇ ਹੋਰ ਸੂਝਵਾਨ ਗੋਲਡੀ ਪੀਪੀ ਅਤੇ ਪੁਨੀਤ ਵੱਲੋਂ ਨੇ। ਬਹੁਤ ਸਾਰੇ ਲੋਕ ਪਰਸਨਲੀ ਫੋਨ ਵੀ ਆਏ ਆ, ਮੈਸੇਜ ਵੀ ਕੀਤੇ ਆ, ਇਨਬੋਕਸ ਵੀ ਕੀਤੇ ਆ ਕਈਆਂ ਨੇ, ਅਤੇ ਕਮੈਂਟ ਵੀ ਕਰ ਰਹੇ ਨੇ ਵੀ ਬਾਈ ਜੀ ਜਿਹੜੀ ਇਹਨਾਂ ਦੇ ਵਿਚਕਾਰ ਕੀ ਲੱਗਦਾ ਹੈ, ਤੁਹਾਨੂੰ ਕੀ ਲੱਗਦਾ। ਮੇਰੇ ਤੋਂ ਵੀ ਪੁੱਛ ਰਹੇ ਆ ਅਤੇ ਮੈਨੂੰ ਵੀ ਕਹਿ ਰਹੇ ਆ ਵੀ ਜਗਦੀਪ ਬਾਈ ਇੰਟਰਵਿਊ ਕਰ ਯਾਰ ਤੂੰ। ਅਤੇ ਵੀਰੋ, ਇੰਟਰਵਿਊ ਜੇ ਮਸਲੇ ਦਾ ਹੱਲ ਹੁੰਦੀ ਤਾਂ ਜ਼ਰੂਰ ਕਰਦੇ, ਕਿਉਂਕਿ ਵਿਵਾਦ ਦੇ ਕੁਛ ਹੋਰ ਪਾਸੇ ਦਾ ਵਧਿਆ ਹੋਇਆ ਇਹਦੇ ਵਿੱਚ। ਅਸੀਂ ਤਾਂ ਬਸ ਇਹਨਾਂ ਦੋਵਾਂ ਦੀਆਂ ਗੱਲਾਂ ਕਰਵਾ ਸਕਦੇ ਹਾਂ, ਕਿਉਂਕਿ ਸਵਾਲ ਅਤੇ ਜਵਾਬ ਇਹਨਾਂ ਦੇ ਆ, ਉਹਦੇ ਵਿੱਚ ਸਾਡੀ ਰਾਏ ਮਾਇਨੇ ਨਹੀਂ ਰਖਾਉਂਦੀ। ਪਰ ਹਾਂ, ਇਸ ਵਿਵਾਦ ਦੇ ਵਿੱਚੋਂ ਕੁਛ ਮੇਰੇ ਜਿਹੜੇ ਨਿੱਜੀ ਤਜ਼ਰਬੇ ਹੈਗੇ ਆ ਮੈਂ ਉਹ ਸਾਂਝੇ ਕਰਾਂਗਾ, ਉਹਦੇ ਵਿੱਚੋਂ ਕੁਛ ਸਿੱਟਾ ਜ਼ਰੂਰ ਨਿਕਲ ਸਕਦਾ ਉਹਦਾ। ਕਿਉਂਕਿ ਗੋਲਡੀ ਪੁਨੀਤ ਆਪਣੀ ਥਾਂ ਠੀਕ ਹੈ, ਉਹ ਕਹਿ ਰਹੇ ਨੇ ਵੀ ਅਸੀਂ ਸੇਵਾ ਕਰ ਰਹੇ ਹਾਂ, ਸਾਨੂੰ ਸੇਵਾ ਕਰਨ ਦਿਓ ਯਾਰ, ਨਾ ਤੰਗ ਕਰੋ। ਅਤੇ ਬਘੇਲ ਸਿੰਘ ਨਾਮੀ ਵਿਅਕਤੀ ਅਤੇ ਉਹ ਆਪਣੀ ਜਗ੍ਹਾ ਠੀਕ ਹੈ ਵੀ ਨਹੀਂ ਯਾਰ, ਜੇ ਤੁਸੀਂ ਸੇਵਾ ਕਰਦੇ ਹੋ, ਜੇ ਤੁਸੀਂ ਆਪਣੇ ਅਕਾਊਂਟਾਂ ਦੇ ਵਿੱਚ ਪੈਸਾ ਲੈਂਦੇ ਹੋ ਜਾਂ ਤੁਸੀਂ ਐਨ ਜੀ ਓ ਬਣਾਈ ਹੋਈ ਹੈ, ਫਿਰ ਹਿਸਾਬ ਵੀ ਦੇ ਦਿਓ ਤਾਂ ਕੀ ਹੋ ਗਿਆ। ਸੋ ਇਹ ਦੋਵੇਂ ਆਪੋ ਆਪਣੀ ਥਾਂ ਕਿਵੇਂ ਠੀਕ ਨੇ ਉਹ ਤੁਹਾਨੂੰ ਮੈਂ ਦੱਸਾਂਗਾ। ਪਰ ਮੈਂ ਵੀਰੋ ਬਹੁਤ ਇੰਟਰਵਿਊਜ਼ ਕੀਤੀਆਂ ਲੋਕਾਂ ਦੀ ਸੇਵਾ ਕਰਵਾਉਣ ਦੇ ਲਈ, ਅਤੇ ਉਸ ਦੇ ਵਿੱਚੋਂ ਇਹਨਾਂ ਮੈਂ ਅੱਜ ਕੁਛ ਆਪਣੇ ਤਜ਼ਰਬੇ ਸਾਂਝੇ ਕਰਨੇ ਆ। ਉਹ ਥੋੜ੍ਹੇ ਅਫਸੋਸਜਨਕ ਵੀ ਹੈ, ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਅਜਿਹੀਆਂ ਇੰਟਰਵਿਊਜ਼ ਕਰਨੀਆਂ ਸ਼ੁਰੂ ਕੀਤੀਆਂ ਸੀ ਨਾ ਮੈਂ, ਤਾਂ ਇਹ ਸੋਚ ਕੇ ਕੀਤੀਆਂ ਸੀ ਵੀ ਯਾਰ ਜਿੱਥੇ ਪੈਸਿਆਂ ਦਾ ਪਰਮਾਤਮਾ ਨੇ ਦਸਬੰਧ ਕੱਢਣ ਨੂੰ ਕਿਹਾ ਜੀ, ਤਾਂ ਉੱਥੇ ਕੰਮ ਦਾ ਵੀ ਦਸਬੰਧ ਕੱਢਣਾ ਚਾਹੀਦਾ। ਜਿਵੇਂ ਵੀ ਕੰਮ ਆਪਾਂ ਕਰੀ ਜਾਂਦੇ ਹਾਂ ਸਾਰਾ ਸਵਾਰਥ ਦੇ ਲਈ ਕਰਦੇ ਹਾਂ, ਵੀ ਉਸੇ ਕੰਮ ਦੇ ਵਿੱਚੋਂ ਜੇ ਅਸੀਂ ਕਿਸੇ ਦੀਆਂ ਇੰਟਰਵਿਊ ਆਪਣੇ ਪੈਸੇ ਦੇ ਲਈ ਕਰਦੇ ਹਾਂ ਤਾਂ ਠੀਕ ਹੈ, ਉਸੇ ਦੇ ਵਿੱਚੋਂ ਇੱਕ ਇੰਟਰਵਿਊ ਕਿਸੇ ਦੇ ਗਰੀਬ ਦਾ ਭਲਾ ਵੀ ਕਰਦੀ ਹੈ। ਚਲੋ ਹੌਲੀ ਹੌਲੀ ਲੋਕਾਂ ਤੱਕ ਉਹ ਇੰਟਰਵਿਊ ਜਾਣ ਲੱਗ ਗਈਆਂ ਅਤੇ ਲੋਕ ਸਿੱਧੇ ਤੌਰ 'ਤੇ ਸੰਪਰਕ ਕਰਕੇ ਵੀ ਦੱਸਣ ਲੱਗ ਗਏ ਵੀ ਇੱਥੇ ਕੁਛ ਗੜਬੜ ਹੈ ਜਾਂ ਇੱਥੇ ਇਹ ਪਰਿਵਾਰ ਦੀ ਹਾਲਤ ਮੰਦੀ ਹੈ ਜਾਂ ਇੱਥੇ ਕਿਸੇ ਦਾ ਪੁੱਤ ਮਰ ਰਿਹਾ ਹੈ ਨਾ। ਅਤੇ ਉਹ ਇੰਟਰਵਿਊਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਵਿੱਚੋਂ ਕੁਝ ਦੁਖਦਾਈ ਪਲ ਇਹ ਰਹੇ, ਕਿਉਂਕਿ ਮੈਂ ਆਪਣਾ ਨੰਬਰ ਨਹੀਂ ਸੀ ਦਿੰਦਾ, ਨਾ ਮੈਂ ਆਪਣਾ ਨੰਬਰ ਅੱਜ ਤੱਕ ਦਿੱਤਾ ਕਿਸੇ ਨੂੰ। ਮੈਂ ਉਹਦਾ ਕਾਰਨ ਵੀ ਦੱਸਾਂਗਾ, ਕੋਈ ਇਹਨੂੰ ਹੰਕਾਰ ਨਾ ਸਮਝੋ ਵੀ ਇਹ ਬੰਦਾ ਜੀ ਨੰਬਰ ਹੀ ਨਹੀਂ ਦਿੰਦਾ, ਕਿਉਂਕਿ ਮੈਂ ਇੱਕ ਸਮਾਜਿਕ ਸੇਵਕ ਨਹੀਂ ਹਾਂ। ਮੈਂ ਕੁਛ ਇੰਟਰਵਿਊਜ਼ ਕਰਦਾ ਆਪਣੇ ਦਸਵੰਧ ਦੇ ਤੌਰ 'ਤੇ ਅਤੇ ਆਪਣੀ ਰੂਹ ਦੇ ਸਕੂਨ ਦੇ ਲਈ, ਰੂਹ ਦੀ ਖੁਰਾਕ ਦੇ ਲਈ। ਅਤੇ ਚਲੋ ਵੀ ਪਰਮਾਤਮਾ ਭਲੀ ਕਰੇ, ਪਰਮਾਤਮਾ ਇਹਦੀ ਜਿਹੜੀ ਆਪਾਂ ਕਰੀ ਜਾ ਰਹੇ ਹਾਂ ਇਹ ਸੇਵਾ ਦਾ ਫਲ ਲਾਵੇ। ਜੇ ਮੈਂ ਇੱਕ ਸਮਾਜ ਸੇਵਕ ਹੁੰਦਾ ਫਿਰ ਮੈਂ ਆਪਣਾ ਨੰਬਰ ਜ਼ਰੂਰ ਜਨਤਕ ਕਰਦਾ, ਪਰ ਮੈਂ ਨੋਟ ਕਰ ਲਿਓ ਵੀਰੋ, ਮੈਂ ਇੱਕ ਪੱਤਰਕਾਰ ਹਾਂ, ਮੈਂ ਸਮਾਜ ਸੇਵਕ ਨਹੀਂ ਹਾਂ। ਅਤੇ ਉਹ ਜੋ ਸਮਾਜ ਸੇਵਾ ਵਿੱਚੋਂ ਕੋਈ ਵੀਡੀਓ ਆ ਜਾਂਦੀ ਹੈ ਉਹ ਇੱਕ ਦਸਵੰਧ ਦਾ ਰੂਪ ਹੈ, ਅਤੇ ਇਸ ਕਰਕੇ ਮੈਂ ਆਪਣਾ ਨੰਬਰ ਨਹੀਂ ਦਿੰਦਾ। ਅਤੇ ਦੂਜੀ ਗੱਲ, ਬਹੁਤ ਲੋਕਾਂ ਨੇ ਕਿਹਾ ਵੀ ਬਾਈ ਜੀ ਆਪਣੀ ਇੱਕ ਐਨ ਜੀ ਓ ਬਣਾਓ, ਅਤੇ ਫਿਰ ਜਿਨ੍ਹਾਂ ਨੇ ਐਨ ਜੀ ਓ ਬਣਾਈਆਂ ਉਹਨਾਂ ਦੇ ਉੱਤੇ ਦੇਖਿਆ ਹੁਣ ਕਿਵੇਂ ਸਵਾਲ ਉੱਠ ਰਹੇ ਨੇ, ਜਾਂ ਚਲੋ ਉਹ ਸੱਚੇ ਵੀ ਹੋਣਗੇ ਆਪਣੀ ਥਾਂ ਦੇ ਉੱਤੇ, ਅਤੇ ਹੋ ਸਕਦਾ ਹੈ ਵੀ ਮੈਂ ਐਨ ਜੀ ਓ ਬਣਾ ਲਵਾਂ
ਕੱਲ ਨੂੰ ਮੇਰੇ ਦਿਲ ਦੇ ਵਿੱਚ ਕੋਈ ਅਜਿਹਾ ਲਾਲਚ ਆ ਜਾਵੇ ਪੈਸਾ ਦੇਖ ਕੇ, ਠੀਕ ਹੈ, ਕਿਉਂਕਿ ਗੁਰਬਾਣੀ ਸਮਝਾਉਂਦੀ ਹੈ ਨਾ ਵੀ ਜਦੋਂ ਮਾਇਆ ਦਾ ਪ੍ਰਭਾਵ ਪੈਂਦਾ ਹੈ ਤਾਂ ਚੰਗੇ ਤੋਂ ਚੰਗਾ ਬੰਦਾ ਡੋਲ ਜਾਂਦਾ, ਤੇ ਅਸੀਂ ਤਾਂ ਉਸ ਜਿਹਨਾਂ ਨੂੰ ਚੰਗਾ ਕਿਹਾ ਹੋਇਆ ਗੁਰਬਾਣੀ ਚ, ਅਸੀਂ ਤਾਂ ਉਹਦੇ ਅਨੁਕੂਲ ਵੀ ਚੰਗੇ ਨਹੀਂ ਹੈਗੇ, ਤੇ ਫਿਰ ਅਸੀਂ ਕਿਵੇਂ ਦਾਅਵਾ ਕਰ ਲਈਏ ਵੀ ਅਸੀਂ ਡੋਲਾਂਗੇ ਨਹੀਂ। ਇਸ ਕਰਕੇ ਨਾ ਤਾਂ ਮੈਂ ਅੱਜ ਤੱਕ ਆਪਣੀ ਐਨ ਜੀ ਓ ਬਣਾਈ, ਨਾ ਕੋਈ ਆਪਣਾ ਨੰਬਰ ਦਿੱਤਾ, ਨਾ ਹੀ ਕੋਈ ਮੈਂ ਖੁਦ ਦਾ ਅਕਾਊਂਟ ਨੰਬਰ ਦਿੱਤਾ, ਤੇ ਨਾ ਹੀ ਜੇ ਕਿਸੇ ਦਾ ਕਰਨਾ ਵੀ ਹੈ ਭਲਾ, ਤੇ ਜੇ ਜੇ ਕਿਸੇ ਦਾ ਆਪਾਂ ਭਲਾ ਵੀ ਕਰਨਾ ਹੈਗਾ ਏ, ਮਾਫ ਕਰਿਓ ਫੋਨ ਆ ਗਿਆ ਸੀਗਾ, ਤੇ ਜੇਕਰ ਕਿਸੇ ਦਾ ਭਲਾ ਵੀ ਕਰਨਾ ਜਾਂ ਆਪਾਂ ਵੀਡੀਓ ਪਾਉਂਦੇ ਹਾਂ ਹੈ ਨਾ, ਨੰਬਰ ਦੇ ਦਿੰਦੇ ਹਾਂ, ਤਾਂ ਬਹੁਤ ਸਾਰੇ ਫੋਨ ਜਿਹੜੇ ਕਿਸੇ ਤੋਂ ਲੈ ਕੇ ਨੰਬਰ ਫੋਨ ਕਰ ਲੈਂਦੇ ਆ ਵੀ ਬਾਈ ਜੀ ਅਸੀਂ ਤੁਹਾਨੂੰ ਪਾ ਦਿੰਦੇ ਹਾਂ ਪੈਸੇ ਅਤੇ ਤੁਸੀਂ ਦੇ ਦਿਓ ਅੱਗੇ, ਅਤੇ ਉਹਨਾਂ ਨੂੰ ਵੀ ਕਹੀਦਾ ਵੀ ਵੀਰੋ ਦੇਖੋ ਇੱਕ ਤਾਂ ਤੁਸੀਂ ਬਾਹਰ ਬੈਠੇ ਹੋ, ਵਿਦੇਸ਼ ਬੈਠੇ ਹੋ ਯਾਰ, ਮੈਂ ਪੱਤਰਕਾਰੀ ਕਰਦਾ ਇੱਥੇ, ਅਤੇ ਅੱਜ ਦਾ ਹਾਲਾਤ ਅਜਿਹੇ ਆ ਵੀ ਜੇ ਕਿਸੇ ਨੂੰ ਫਸਾਉਣਾ ਹੋਵੇ ਤਾਂ ਅਗਲਾ ਕਹਿੰਦਾ ਯਾਰ ਇਹਨੂੰ ਫੰਡਿੰਗ ਆਉਂਦੀ ਸੀ ਜੀ ਬਾਹਰੋਂ, ਵੀ ਇੱਥੇ ਹਮਾਇਤੀ ਸੀ, UAPA ਬਹੁਤ ਕੁਛ ਚੱਲ ਰਿਹਾ, ਉਹ ਵੀ ਸਾਨੂੰ ਦੇਖਣਾ ਪੈਂਦਾ, ਕਿਉਂਕਿ ਮੈਂ ਕੋਈ ਅਜਿਹੀਆਂ ਚੀਜ਼ਾਂ ਦਾ ਨਾ ਸਮਰਥਕ ਹਾਂ, ਅਤੇ ਨਾ ਮੈਨੂੰ ਕੋਈ ਲਾਲਚ ਆ ਵੀ ਬਾਹਰੋਂ ਜਿਹੜਾ ਬਾਹਰ ਵਾਲਿਆਂ ਨਾਲ ਕੰਟੈਕਟ 'ਚ ਰਵਾਂ ਮੈਂ, ਜਾਂ ਬਾਹਰ ਜਾਣ ਦਾ ਹੀ ਮੈਨੂੰ ਲਾਲਚ ਹੋਵੇ, ਜਾਂ ਮਤਲਬ ਕਿ ਉਹ ਪੈਸਾ ਵੀ ਜਿਹੜਾ ਸਿੱਧੇ ਤੌਰ 'ਤੇ ਮੈਨੂੰ ਆ ਜਾਵੇ। ਹਾਂ, ਇੱਕ ਦੋ ਮੇਰੇ ਜਿਹੜੇ ਬਹੁਤ ਨੌਨ ਸੀਗੇ ਅਤੇ ਉਹਨਾਂ ਤੋਂ ਪੈਸਾ ਜ਼ਰੂਰ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ ਸੀਗਾ, ਅਤੇ ਉਹ ਪੈਸਾ ਅਸੀਂ ਲਗਾਇਆ ਵੀ ਆ। ਗੱਲ ਉਹੀ ਆ ਜਾਂਦੀ ਆ ਵੀ ਜੇਕਰ ਹੁਣ ਗੋਲਡੀ PP ਅਤੇ ਪੁਨੀਤ ਦਾ ਜਿਹੜਾ ਰੌਲਾ ਬਘੇਲ ਸਿੰਘ ਦੇ ਨਾਲ, ਉਹ ਕਹਿ ਰਿਹਾ ਵੀ ਯਾਰ ਤੁਸੀਂ ਸਾਨੂੰ ਸ਼ੋਅ ਕਰੋ ਵੀ ਪੈਸਾ ਕਿੱਥੇ ਲਾ ਰਹੇ ਹੋ ਤੁਸੀਂ, ਅਤੇ ਗੋਲਡੀ ਕਹਿ ਰਿਹਾ ਵੀ ਯਾਰ ਤੂੰ ਪੈਸਾ 1 ਰੁਪਇਆ ਦਿੱਤਾ ਨਹੀਂ ਹੈਗਾ ਅਤੇ ਤੈਨੂੰ ਕਿਉਂ ਦਈਏ। ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਹਾਡੀ NGO ਹੈ, ਜੇ ਤੁਸੀਂ ਸਮਾਜ ਸੇਵਾ ਕਰ ਰਹੇ ਹੋ, ਤਾਂ ਤੁਹਾਨੂੰ ਕੋਈ ਵੀ ਤੁਹਾਡੇ ਉੱਤੇ ਦੋਸ਼ ਲਗਾ ਰਿਹਾ ਤਾਂ ਉਹਨੂੰ ਪੈਸਾ ਕਲੀਅਰ ਕਰ ਦਿਓ ਵੀ ਭਾਈ ਇੱਥੋਂ ਆਹ ਪੈਸਾ ਆਇਆ, ਇੱਥੇ ਖਰਚ ਦਿੱਤਾ, ਕਿਉਂਕਿ ਯਾਦ ਤਾਂ ਹੋਵੇ, ਯਾਦ ਤਾਂ ਤੁਸੀਂ ਇਹ ਕਰੋ। ਅਤੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਅਸੀਂ NGO ਰਜਿਸਟਰਡ ਨਹੀਂ ਕਰਾਈ, ਪਰ ਜਿਹੜਾ ਸਾਡਾ ਪੈਸਾ ਆ ਰਿਹਾ ਉਹ ਸਾਡੇ ਹੁਣ ਨੌਨ ਬੰਦੇ ਨੇ ਵੀ ਸਾਨੂੰ ਜਾਣਕਾਰ ਹੈ, ਸਾਡੇ ਬੰਦੇ ਉਹ ਜਾਣਦੇ ਆ ਸਾਨੂੰ, ਉਹੀ ਸਾਨੂੰ ਪੈਸਾ ਦਿੰਦੇ। ਫਿਰ ਜਦੋਂ ਜਾਣਦੇ ਆ ਬੰਦੇ ਵੀਰੋ, ਅਤੇ ਇੱਕ ਤੁਸੀਂ ਹੈਲਪ ਕਰਵਾਉਂਦੇ ਹੋ ਹੈ ਨਾ, ਅਤੇ ਫਿਰ ਤੁਸੀਂ ਇਹ ਵੀਡੀਓ ਜਨਤਕ ਕਿਉਂ ਕਰਦੇ ਹੋ? ਫਿਰ ਤਾਂ ਵੀਡੀਓ ਇਹ ਸਮਾਜ ਸੇਵਾ ਹੋਰ ਵਧੀਆ ਸੇਵਾ ਲੱਗੂਗੀ, ਫਲ ਲੱਗੂਗਾ ਇਹਦਾ, ਜਦੋਂ ਤੁਸੀਂ ਗਰੀਬਾਂ ਦੀਆਂ ਝੋਂਪੜੀਆਂ ਦੇ ਵਿੱਚ ਜਾ ਕੇ ਕਿਸੇ ਗਰੀਬ ਨੂੰ ਮਤਲਬ ਕਿ ਉਹਦੀ ਦੁਰਦਸ਼ਾ ਦੇਖਦੇ ਹੋ, ਅਤੇ ਉਹ ਵੀਡੀਓ ਜਿਹੜੀ ਬਣਾ ਕੇ ਜਨਤਕ ਕਰ ਦਿਓ ਨਾ, ਫਿਰ ਜਨਤਕ ਨਾ ਕਰੇ ਕਰੋ, ਜਿਹੜੇ ਲੋਕ ਤੁਹਾਨੂੰ ਪੈਸੇ ਦਿੰਦੇ ਆ, ਜਿਹੜੇ ਤੁਹਾਡੇ ਜਾਣਕਾਰ ਨੇ, ਉਹਨਾਂ ਤੱਕ ਭੇਜ ਦਿਆ ਕਰੋ ਵੀ ਭਾਈ ਆਹ ਵੀਡੀਓ ਹੈ, ਹੁਣ ਆਹ ਬੰਦੇ ਆ ਦੇ, ਇਹਨਾਂ ਦੀ ਆਪਾਂ ਮਦਦ ਕਰਨੀ ਆ। ਫਿਰ ਪੈਸੇ ਤੁਹਾਨੂੰ ਦੇਣੇ ਆ 15 ਬੰਦਿਆਂ ਨੇ, ਅਤੇ ਤੁਸੀਂ 5-10 ਲੱਖ ਲੋਕਾਂ ਨੂੰ ਦਿਖਾ ਕੇ ਮਤਲਬ ਕਿ ਆਪਾਂ ਚਾਹੁੰਦੇ ਕੀ ਆ? ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਤੂੰ ਕੀ ਚਾਹੁੰਦਾ ਹੈ, ਵੀ ਤੂੰ ਤੂੰ ਵੀ ਤਾਂ ਵੀਡੀਓ ਪਾਉਂਦਾ। ਹਾਂ, ਮੈਂ ਪਾਉਂਦਾ ਵੀਰੋ, ਮੈਂ ਪਹਿਲਾਂ ਵੀ ਕਿਹਾ ਵੀ ਮੈਂ ਪੱਤਰਕਾਰ ਹਾਂ, ਇੱਕ ਮੈਂ ਪੱਤਰਕਾਰ ਹਾਂ, ਮੈਂ ਸਮਾਜ ਸੇਵਕ ਨਹੀਂ ਹੈਗਾ, ਕਿਉਂਕਿ ਮੈਂ ਉਹਨਾਂ ਦਾ ਹੀ ਨੰਬਰ ਦੇ ਦਿੰਦਾ ਵੀ ਭਾਈ ਜਿੱਥੋਂ ਜਿੱਥੋਂ ਪੈਸੇ ਆ ਗਏ ਤਾਂ ਠੀਕ ਹੈ, ਵੀ ਉਹਨਾਂ ਦੀ ਸੇਵਾ ਹੋ ਜੂਗੀ, ਕਿਉਂਕਿ ਜਾਂ ਤਾਂ ਹੋਵੇ ਵੀ ਗੋਲਡੀ ਹੋਰੀ ਪੁਨੀਤ ਹੋਰੀ ਉਹਨਾਂ ਦਾ ਹੀ ਨੰਬਰ ਦਿੰਦੇ ਹੋਣ, ਜਿਵੇਂ ਅਨਮੋਲ ਕਵਾਤਰਾ ਕਹਿੰਦਾ ਵੀ ਮੈਂ ਕਿਹੜਾ ਹਿਸਾਬ ਦੇਵਾਂ ਯਾਰ, ਵੀ ਮੈਂ ਤਾਂ ਕਦੇ ਨੰਬਰ ਹੀ ਨਹੀਂ ਦਿੱਤਾ, ਆਪਣਾ ਅਕਾਊਂਟ ਨੰਬਰ ਹੀ ਨਹੀਂ ਦਿੱਤਾ ਹੈਗਾ, ਵੀ ਮੈਂ ਤਾਂ ਸਿੱਧੀ ਸੇਵਾ ਕਰਵਾ ਦਿੰਦਾ। ਅਤੇ ਉਸੇ ਤਰ੍ਹਾਂ ਸਾਡਾ ਹੈਗਾ ਵੀ ਅਸੀਂ ਵੀਡੀਓ ਪਾਉਂਦੇ ਹਾਂ ਵੀ ਯਾਰ ਚਲੋ ਜਿੰਨੇ ਵੀ ਦੇਖਣਗੇ 5-5 ਰੁਪਏ ਕਰਕੇ, ਇਹ 100-100, 1000-1000 ਕਰਕੇ ਚਲੋ ਕਿਸੇ ਦਾ ਭਲਾ ਹੋ ਜੇ। ਪਰ ਇੱਥੇ ਇੱਕ ਹੋਰ ਦਿੱਕਤ ਆਈ ਹੈ ਵੀਰੋ, ਹੁਣ ਵੀਡੀਓ ਬਣਾਉਣੀਆਂ ਬਹੁਤ ਘੱਟ ਕਰਤੀਆਂ, ਹੁਣ ਮੈਂ ਸਿਰਫ ਅਪਾਹਿਜ ਲੋਕ ਜਿਹੜੇ ਬਿਲਕੁਲ ਮੰਜੇ 'ਤੇ ਪਏ ਆ ਉਹਨਾਂ ਦੀ ਵੀਡੀਓ ਬਣਾਉਂਦਾ ਜ਼ਿਆਦਾਤਰ, ਜਾਂ ਬਹੁਤ ਬਜ਼ੁਰਗ ਨੇ ਮਤਲਬ ਕਿ ਜਿਹਨਾਂ ਤੋਂ ਕੰਮ ਨਹੀਂ ਹੋ ਸਕਦਾ ਗਾ, ਉਹਦਾ ਕਾਰਨ ਸੁਣ ਲਓ। 2-3 ਕੇਸ ਅਜਿਹੇ ਹੋਏ ਜਿਨ੍ਹਾਂ ਨੂੰ ਲਿਮਿਟਡ ਪੈਸਿਆਂ ਦੀ ਲੋੜ ਸੀ, ਬੰਦੇ ਤੰਦਰੁਸਤ ਸੀ ਪਰ ਬੱਚਿਆਂ ਦਾ ਉਹਨਾਂ ਦਾ ਬੁਰਾ ਹਾਲ ਸੀ, ਅਤੇ ਉਹਨਾਂ ਨੂੰ ਜਿਵੇਂ ਕਿਸੇ ਦੇ ਬੱਚੇ ਦੇ ਬਿਮਾਰ ਹੋ ਗਿਆ, ਐਕਸੀਡੈਂਟ ਹੋ ਗਿਆ, ਅਤੇ ਪਤਾ ਲੱਗਿਆ ਵੀ ਯਾਰ ਫਲਾਣੇ ਬੱਚੇ ਨੂੰ ਲੋੜ ਹੈ, 10 ਲੱਖ ਰੁਪਇਆ ਲੱਗਣਾ ਉਹਦੀ ਟ੍ਰੀਟਮੈਂਟ ਦੇ ਉੱਤੇ, ਅਤੇ ਉਹਨਾਂ ਦਾ ਹੀ ਅਸੀਂ ਨੰਬਰ ਦੇ ਜਾਂਦਾ, ਉਹਨਾਂ ਦਾ ਹੀ ਫੋਨ ਨੰਬਰ ਦੇ ਜਾਂਦੇ, ਉਹਨਾਂ ਦਾ ਹੀ ਅਕਾਊਂਟ ਨੰਬਰ ਦੇ ਜਾਂਦਾ, ਅਤੇ ਪੈਸੇ ਪਵਾਉਣ ਵਾਲਿਆਂ ਨੇ ਜੇ 10 ਲੱਖ ਚਾਹੀਦਾ ਸੀ, ਹੁਣ ਲੋਕਾਂ ਨੂੰ ਥੋੜ੍ਹੀ ਪਤਾ ਨਾ ਵੀ 10 ਲੱਖ ਆਊਗਾ ਵੀ ਹੋ ਗਿਆ ਜਾਂ ਪੂਰਾ ਹੋ ਗਿਆ, ਸੱਚ ਬੋਲਦੇ ਨੇ, ਜੇ ਪੁੱਛਦੇ ਵੀ ਆ ਵੀ ਹਾਂਜੀ ਭਾਈ ਹੋ ਗਿਆ ਜੀ 10 ਲੱਖ, ਨਹੀਂ ਜੀ ਇਹਦੇ ਘੱਟ ਹੈ, ਚਾਹੇ ਵੱਧ ਹੀ ਹੋ ਗਿਆ ਹੋਵੇ, ਇਹ ਮੈਂ ਇਸ ਕਰਕੇ ਦਾਅਵਾ ਕਰਨ ਲੱਗਿਆ ਕਿਉਂਕਿ ਮੈਂ ਇੱਕ ਦੀ ਸਟੇਟਮੈਂਟ ਕਢਵਾਈ ਹੈ, 12 ਲੱਖ ਰੁਪਏ ਦੀ ਲੋੜ ਸੀ, ਅਕਾਊਂਟ ਦੇ ਵਿੱਚ 32 ਲੱਖ
आया ते दस्या भी गया भी जिहड़ा 8 लाख रुपया कैश दे के आए सी लोग, एक एक दो दो लख रुपया करके 40 लाख रुपया आया, जिन्हां नूं 12 लाख की लोड़ सी ते उहनां दे अकाउंट दे विच तां सीधा ही 32 सी। पर जदों उहनां नूं कहा भी यार तुहानूं 12 चाहिए सी, 32 आ गया, एक होर वीर आ मंजे ते पिया है ते उहदा भी भला आपां ने करना, बाई जी हुण 10 लाख रुपया तुसीं दे दिओ, इहदे विचों दे दिओ। ਉਹ ਕਹਿੰਦੇ ਜੀ ਅਸੀਂ ਤਾਂ ਆਪਣੀ ਧੀ ਦਾ ਵਿਆਹ ਕਰਨਾ, ਕਹਿੰਦੇ ਸਾਡਾ ਵਿਹੜਾ ਕੱਚਾ ਹੈ ਪੱਕਾ ਕਰਨਾ ਸੀ। ਉਹ ਯਾਰ ਮੈਂ ਹੱਦ ਹੈ, ਮਤਲਬ ਕਿ ਘਰ 'ਚ ਕਮਾਉਣ ਵਾਲੇ ਵੀ ਨੇ, ਜਾਂ ਤਾਂ ਹੋਵੇ ਮੰਜੇ ਪਰੇ ਪਏ ਆ ਸਾਰੀ ਉਮਰ, ਤੁਹਾਡੇ ਤੋਂ ਕਮਾਏ ਨਹੀਂ ਹੋਣਾ ਤੇ ਠੀਕ ਹੈ ਤੁਸੀਂ ਰੱਖ ਲਓ ਸਾਰੇ ਪੈਸੇ, ਪਰ ਜਦੋਂ ਤੁਸੀਂ ਤੰਦਰੁਸਤ ਹੋ ਕਮਾਉਣ ਯੋਗ ਹੋ ਫਿਰ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਉਹ ਪੈਸਾ ਮਨ ਬਈ ਨਹੀਂ ਜੀ, ਅਸੀਂ ਤਾਂ ਵਿਹੜਾ ਪਾਉਣਾ ਆਪਣਾ। ਪੁੱਤਾਂ ਦੀਆਂ ਲਾਸ਼ਾਂ 'ਤੇ ਮਾਪੇ ਵੀ, ਸਾਰੇ ਨਹੀਂ ਕੁਝ ਕੁਝ ਮਾਪੇ ਪੁੱਤਾਂ ਦੀਆਂ ਲਾਸ਼ਾਂ ਜਾਂ ਪੁੱਤਾਂ ਦੇ ਕਫਨ ਵੇਚਣ ਨੂੰ ਤੁਰੇ ਹੋਏ ਆ। ਉੱਥੋਂ ਮੈਨੂੰ ਬਹੁਤ ਠੇਸ ਪੁੱਜੀ। ਇੱਕ ਹੋਰ ਕੇਸ ਸੀ, ਉੱਥੇ ਪੈਸਾ ਇਕੱਠਾ ਹੋਇਆ, ਮਦਦ ਲਈ ਪੈਸਾ ਚਾਹੀਦਾ ਸੀ ਅਤੇ ਉਹਦੇ ਵਿੱਚੋਂ ਕਿਸ਼ਤਾਂ 'ਤੇ ਗੱਡੀ ਸੀ ਚਾਚੇ ਦੇ ਮੁੰਡੇ ਨੇ ਲਈ ਹੋਈ, ਕਹਿੰਦੇ ਜੀ ਗੱਡੀ ਚੱਕਣ ਆ ਗਏ ਸੀ ਬੈਂਕ ਵਾਲੇ, 7 ਲੱਖ ਰੁਪਇਆ ਕਢਾ ਕੇ ਕਿਸ਼ਤਾਂ ਦਾ ਦੇ ਦਿੱਤਿਆ। ਫਿਰ ਉਹਨਾਂ ਦੀ ਲਾਹਪਾ ਕੀਤੀ ਜਦੋਂ ਪਤਾ ਲੱਗਿਆ, ਅਤੇ ਉਹਨਾਂ ਨੇ ਦਾਅਵਾ ਕੀਤਾ, ਵਾਅਦਾ ਵੀ ਕੀਤਾ ਸਾਡੇ ਨਾਲ ਵੀ ਅਸੀਂ ਜਲਦ ਹੀ ਜਿਹੜਾ ਲੋਨ ਸਾਡਾ ਵੀਰ ਜੀ ਕਲੀਅਰ ਨਹੀਂ ਹੋਇਆ ਹਜੇ, ਵੀ ਲੋਨ ਕਲੀਅਰ ਹੋ ਜੂਗਾ 10 ਹਫ਼ਤੇ ਦੇ ਵਿੱਚ, ਵੀ ਅਸੀਂ ਉਹ ਪੈਸਾ ਫਿਰ ਉਹਦੇ ਵਿੱਚ ਪਾ ਦਾਂਗੇ। ਅਤੇ ਇਹ ਹਾਲ ਹੈ ਲੋਕਾਂ ਦੇ ਯਾਰ, ਕਿ ਕਿਵੇਂ ਮਦਦ ਕਰਵਾ ਲਈਏ। ਹੁਣ ਅਸੀਂ ਆਪਣਾ ਆਪਣੀ NGO ਬਣਾਉਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਕੋਈ ਸਮਾਜ ਸੇਵਕ ਨਹੀਂ ਹੈਗੇ, ਅਤੇ ਜੇ ਡਾਇਰੈਕਟ ਨੰਬਰ ਦੇ ਦਈਏ ਫਿਰ ਆਹ ਪ੍ਰੋਬਲਮ ਹੈ। ਵੀ ਜਾਂ ਤਾਂ ਹੋਵੇ ਇਮਾਨਦਾਰ ਬੰਦਾ, ਇੱਕ ਸੀ ਬਹੁਤ ਗਰੀਬ, ਉਹਨਾਂ ਨੂੰ ਵਿਚਾਰਿਆਂ ਨੂੰ 15-20 ਹਜ਼ਾਰ ਚਾਹੀਦਾ ਸੀ ਅਤੇ 1 ਲੱਖ ਰੁਪਏ ਦੇ ਕਰੀਬ ਆ ਗਿਆ, ਅਤੇ ਉਹਦੇ ਬਾਅਦ ਲੋਕ ਇੱਕ ਮੈਂ ਬੰਦਾ ਹੋਰ ਭੇਜਿਆ, ਮੈਂ ਕਿਹਾ ਜੀ ਉਹਨਾਂ ਨੂੰ ਚਾਹੀਦਾ, ਉਹਨਾਂ ਨੂੰ ਦਿਆਓ। ਉਹ ਸਿੰਘਣੀ ਨੇ ਘਰ ਤੋਂ ਮੋੜਤਾ, ਕਹਿੰਦੀ ਵੀਰੇ ਸਾਨੂੰ ਤਾਂ 15 ਹਜ਼ਾਰ ਚਾਹੀਦਾ ਸੀ, ਸਾਡੇ ਕੋਲ 1 ਲੱਖ ਰੁਪਇਆ ਆ ਗਿਆ, ਵੀ ਅਸੀਂ ਇੰਨੇ ਪੈਸੇ ਅਸੀਂ ਕੀ ਕਰਨੇ ਆ, ਵੀ 1 ਲੱਖ ਰੁਪਏ ਦੇ ਵਿੱਚੋਂ ਵੀ ਅਸੀਂ ਕਿਸੇ ਦੀ ਤੁਸੀਂ ਦੱਸ ਦਿਓ ਜੇ ਕਿਸੇ ਦੀ ਹੈਲਪ ਕਰਨੀ ਹੋਊਗੀ ਉਹ ਲੈ ਲਿਓ। ਅਤੇ ਇਹ ਸਬਰ ਸੰਤੋਖ ਵਾਲੇ ਵੀ ਹੈਗੇ ਆ ਬੰਦੇ, ਪਰ ਹੁਣ ਅਸੀਂ ਇੰਨੇ ਵੀ ਉਹ ਨਹੀਂ ਹੈਗੇ ਵੀ ਅਸੀਂ ਪਹਿਚਾਣ ਸਕੀਏ ਵੀ ਕਿਹੜੇ ਭੇਖੀ ਨੇ, ਕਿਹੜੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਜਾਂ ਆਪਣੇ ਪੁੱਤਾਂ ਦੇ ਕਫਨਾਂ ਦਾ ਪੈਸਾ ਖਾ ਸਕਦੇ ਨੇ। ਕਿਉਂਕਿ ਦੂਜੇ ਦੇ ਜਦੋਂ ਯਾਰ, ਜੇ ਦੂਜੇ ਨੂੰ ਬਿਮਾਰ, ਜੇ ਆਪਣੇ ਪੁੱਤ ਦੇ ਬਾਰੇ ਤੁਸੀਂ ਰੋ ਸਕਦੇ ਹੋ ਤਾਂ ਦੂਜਿਆਂ ਦੇ ਬਾਰੇ ਕਿਉਂ ਨਹੀਂ ਰੋ ਸਕਦੇ, ਇਹ ਵੀ ਦਿੱਕਤਾਂ ਆਉਂਦੀਆਂ ਨੇ। ਪਰ ਹੁਣ ਅਸੀਂ ਕਹੀਏ ਵੀ ਅਸੀਂ ਵੀਡੀਓ ਪਾਉਂਦੇ ਹਾਂ ਵੀ ਜੇ ਕੋਈ ਕਹੂਗਾ ਵੀ ਹਿਸਾਬ ਦਿਉ, ਹਾਂ ਅਸੀਂ ਇੱਥੇ ਇਹ ਕਹਿਣ ਦੇ ਹੱਕਦਾਰ ਹੈਗੇ ਹਾਂ ਵੀ ਯਾਰ ਅਸੀਂ ਹਿਸਾਬ ਕਿਵੇਂ ਦਈਏ, ਅਸੀਂ ਤਾਂ ਨੰਬਰ ਦੇ ਦਿੰਦੇ ਹਾਂ, ਤੁਸੀਂ ਉਹਨਾਂ ਨੂੰ ਪੁੱਛ ਲਓ ਨੰਬਰ, ਅਕਾਊਂਟ ਨੰਬਰ ਵੀ ਆ, ਮੋਬਾਇਲ ਨੰਬਰ ਵੀ ਦਿੱਤਾ ਹੋਇਆ, ਕਿੰਨੇ ਕਾ ਕੇ ਸਾਨੂੰ ਤਾਂ ਪਤਾ ਨਹੀਂ ਕਿਉਂਕਿ ਅਸੀਂ ਮੁੜ ਕੇ ਪੁੱਛਦੇ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ, ਪਰ ਜੇ ਇੱਕ NGO ਹੋਵੇ ਤਾਂ ਉਹਨੂੰ ਜੇ ਹਿਸਾਬ ਮੰਗਦੇ ਆ ਤਾਂ ਦੇਣਾ ਚਾਹੀਦਾ, ਨਹੀਂ ਤਾਂ ਵੀਡੀਓ ਨਾ ਪਾਓ। ਜੇ ਤੁਹਾਡੇ ਆਪਣੇ ਬੰਦੇ ਆ ਫਿਰ ਕਿਉਂ ਜਲੀਲ ਕਰਨਾ। ਇੱਕ ਪਰਿਵਾਰ ਮੇਰੇ ਮਗਰ ਪਿਆ ਹੋਇਆ ਕਦੋਂ ਦਾ, ਉਹਨਾਂ ਦੀਆਂ ਧੀਆਂ ਏ ਦੋ, ਅਤੇ ਧੀਆਂ ਦਾ ਵਿਆਹ ਕਿਉਂ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਕੋਲ ਆਪਣਾ ਘਰ ਨਹੀਂ ਹੈਗਾ, ਨਾ ਜ਼ਮੀਨ ਹੈ। ਪਿੱਛੇ ਕੋਈ ਪੈਸੇ ਆਏ ਸੀਗੇ, 2 ਲੱਖ ਰੁਪਇਆ ਉਹਨਾਂ ਨੂੰ ਦਿੱਤਾ ਸੀਗਾ, ਪਰ ਉਹਦਾ ਪਿਤਾ ਕਹਿੰਦਾ ਤੁਸੀਂ ਇੰਟਰਵਿਊ ਪਾ ਦਿਓ ਮੇਰੀ। ਮੈਂ ਕਿਹਾ ਜੀ ਦੇਖੋ ਜੀ ਪਿਤਾ ਜੀ, ਤੁਸੀਂ ਕੱਲ੍ਹ ਨੂੰ ਇਹ ਬੱਚੀਆਂ ਵਿਆਹਣੀਆਂ ਧੀਆਂ, 32 ਸਾਲ ਦੀ ਉਮਰ ਆ ਧੀਆਂ ਦੀ ਹੋਈ ਵੀ, ਮਤਲਬ ਕਿ ਜਵਾਨ ਧੀਆਂ ਨੇ ਤੁਹਾਡੀਆਂ, ਅਤੇ ਤੁਸੀਂ ਇਹਨਾਂ ਨੂੰ ਵਿਆਹੁਣਾ ਕੱਲ੍ਹ ਨੂੰ, ਕੱਲ੍ਹ ਨੂੰ ਕੋਈ ਇਹੀ ਕਹਿ ਦੂਗਾ ਵੀ ਆਹ ਭਾਈ ਤੇਰਾ ਸਹੁਰਾ ਤਾਂ ਆਹ ਸੀ, ਸਾਰੇ ਹੱਥ ਪੈਰੇ 'ਤੇ ਚੱਲਦੇ ਆ, ਅਤੇ ਇਹਨੇ ਪੈਸੇ ਮੰਗੇ ਸੀ, ਅੱਜ ਮਕਾਨ ਇਹਨੇ ਕੋਈ ਪੈਸਿਆਂ ਦਾ, ਕੱਲ੍ਹ ਨੂੰ ਤੁਹਾਡੀਆਂ ਧੀਆਂ ਨੂੰ ਕੋਈ ਦਿੱਕਤ ਆ ਗਈ ਫਿਰ ਕਿਆ ਕਰੋਗੇ ਤੁਸੀਂ। ਮੈਂ ਉਹ ਪਰਸਨਲੀ ਜਿਹਨਾਂ ਨੂੰ ਜਾਣਦਾ ਉਹਨਾਂ ਨੂੰ ਕਿਹਾ ਹੋਇਆ, ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਮਦਦ ਕਰ ਰਹੇ ਨੇ। ਸੋ ਉਹਨਾਂ ਦੇ ਲਈ ਬਈ ਸਿੱਧੇ ਤੌਰ 'ਤੇ ਹਾਂ, ਉਹਨਾਂ ਦੀ ਵੀਡੀਓ ਮੈਂ ਬਣਾਵਾਂਗਾ, ਪਰ ਉਹਨਾਂ ਨੂੰ ਇਹ ਭੇਜਾਂਗਾ ਜਿਹੜੇ ਸਮਾਜ ਸੇਵੀ ਲੋਕ ਨੇ, ਜਨਤਕ ਨਹੀਂ ਕਰਨੀ। ਅਜਿਹੇ ਬਹੁਤ ਕੇਸ ਹੁੰਦੇ ਆ, ਹਾਂ ਜੇ ਕੋਈ ਅਪਾਹਿਜ ਹੈ, ਬਜ਼ੁਰਗ ਹੈ, ਬਿਲਕੁਲ ਮੰਜੇ 'ਤੇ ਨਹੀਂ, ਉਹਨਾਂ ਦੀ ਮੈਂ ਵੀਡੀਓ ਜ਼ਰੂਰ ਬਣਾਉਂਦਾ, ਕਿਉਂਕਿ ਉਹਨਾਂ ਦਾ ਤਾਂ ਜੇ ਉਹਨਾਂ ਦੀਆਂ ਧੀਆਂ ਵੀ ਵਿਆਹੁਣ ਨੂੰ ਅਪਾਹਿਜਾਂ ਦੀਆਂ, ਪਰ ਮੁੰਡੇ ਵਾਲੇ ਤਾਂ ਸਮਝ ਸਕਦੇ ਨਾ ਵੀ ਅਪਾਹਿਜ ਸੀ, ਇਸ ਕਰਕੇ ਇਹਨਾਂ ਨੂੰ ਮਦਦ ਦੀ ਲੋੜ ਪਈ। ਤੰਦਰੁਸਤ ਵਾਲੇ ਨੂੰ ਮਿਹਣੇ ਵੱਜਣੇ ਸ਼ੁਰੂ ਹੋ ਜਾਂਦੇ ਵੀ ਤੇਰੇ ਪਿਓ ਨੇ ਉਦੋਂ ਵੀ ਨਹੀਂ ਕਮਾਇਆ ਸੀ, ਇਹ ਨਹੀਂ ਕੀਤਾ ਸੀ, ਅਤੇ ਫਿਰ ਧੀਆਂ ਦੇ ਨਾਲ ਜੋ ਵੀ ਵਰਤਾਰਾ ਹੁੰਦਾ ਉਹ ਤੁਸੀਂ ਵੀ ਜਾਣਦੇ ਹੋ। ਸੋ ਇਸ ਦੇ ਵਿੱਚ ਠੀਕ ਹੈ, ਗੋਲਡੀ ਪੀਪੀ ਹੋਰੀ ਸੇਵਾ ਕਰ ਰਹੇ ਨੇ, ਪਰ ਮੈਂ ਕਹਿੰਦਾ ਵੀ ਇਸ ਜ਼ਰੂਰ ਇਸ ਚੀਜ਼ ਨੂੰ ਜਨਤਕ ਵੀ ਕਰਨਾ ਚਾਹੀਦਾ ਹੈ। ਲੋਕ ਜੇ ਲੋਕ ਵੀਡੀਓ ਦੇਖਣ ਦਾ ਹੱਕ ਰੱਖਦੇ ਨੇ ਤੁਹਾਡੀ, ਉਹ ਲੋਕ ਜਿਨ੍ਹਾਂ ਨੇ ਕਦੇ ਪੈਸਾ ਨਹੀਂ ਦਿੱਤਾ, ਅਤੇ ਉਹ ਲੋਕ ਜੇ ਤੁਹਾਡੀਆਂ ਵੀਡੀਓ ਦੇਖਦੇ ਨੇ, ਤੁਸੀਂ ਦਰਦ ਵੰਡਾਉਂਦੇ ਹੋ,
ਤਾਂ ਉਹ ਲੋਕ ਤੁਹਾਨੂੰ ਜੇ ਪੁੱਛ ਵੀ ਲੈਂਦੇ ਆ ਯਾਰ ਉਹਦੇ ਵਿੱਚ ਕੀ ਹਰਜ਼ ਹੈ, ਅਤੇ ਇਹ ਚੀਜ਼ ਨਹੀਂ। ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਹਾਂ ਅਸੀਂ ਸਮਾਜ ਸੇਵਕ ਆ, ਜਾਂ ਲੋਕ ਵੀ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਸਮਾਜ ਸੇਵਕ ਹੋ, ਤਾਂ ਲੋਕਾਂ ਦਾ ਵਹਿਮ, ਲੋਕਾਂ ਦਾ ਸ਼ੱਕ ਜੋ ਹੈਗਾ ਉਹ ਦੂਰ ਕਰਨਾ ਚਾਹੀਦਾ। ਅਤੇ ਉਮੀਦ ਕਰਦੇ ਹਾਂ ਵੀ ਇਹ ਵਿਵਾਦ ਜਲਦੀ ਜਿਹੜਾ ਸਿਮਟ ਜੂਗਾ। ਇਹਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਇਹ ਵੇਖਣਾ ਲਾਜ਼ਮੀ ਹੈ। ਇਹਦੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ, ਪਰ ਇਸੇ ਕਰਕੇ ਨਹੀਂ ਸੀ ਉਹ ਵੀਡੀਓ ਮੈਂ ਜਿਹੜੀ ਹੈਗੀ ਇੰਟਰਵਿਊ ਕੀਤੀ, ਕਿਉਂਕਿ ਅਸੀਂ ਉਹਦੇ ਵਿੱਚ ਕੋਈ ਫੈਸਲਾ ਨਹੀਂ ਕਰਵਾ ਸਕਦੇ ਵੀ ਜੇ ਇਹਨਾਂ ਦੇ ਨਾਲ ਕੋਈ ਗੱਲਬਾਤ ਵੀ ਆਪਾਂ ਕਰਨੀ ਹੈ ਉਹ ਅਸੀਂ ਕੋਈ ਸਵਾਲ ਉਵੇਂ ਦਾ ਨਹੀਂ ਕਰ ਸਕਦੇ, ਕਿਉਂਕਿ ਇਹ ਇੱਕ ਵਿਵਾਦ ਉਸ ਤਰ੍ਹਾਂ ਦਾ ਨਾ, ਅਤੇ ਦੋਨਾਂ ਨੂੰ ਇਕੱਠੇ ਕਰਕੇ ਹਾਂ ਮੈਂ ਚੁੱਪ ਰਹਿ ਜਾਂਗਾ, ਉਹ ਦੋਨੋਂ ਭਾਈ ਤੁਸੀਂ ਕਰੀ ਜਾਓ ਗੱਲ, ਇਹ ਹੀ ਹੋ ਸਕਦਾ ਇਹਦੇ ਵਿੱਚ। ਜਿਵੇਂ ਪਹਿਲੀਆਂ ਤੁਸੀਂ ਇੰਟਰਵਿਊਜ਼ ਇਹਨਾਂ ਦੀਆਂ ਦੇਖੀਆਂ ਬਈ ਉਸੇ ਤਰ੍ਹਾਂ ਦੀਆਂ ਇੰਟਰਵਿਊਜ਼, ਉਹਦਾ ਜਿਹੜਾ ਹੈਗਾ ਹੱਲ ਆਪਸ ਦੇ ਵਿੱਚ ਹੀ ਕੱਢ ਸਕਦੇ ਆ। ਪਰ ਮੇਰੇ ਜੋ ਤਜਰਬੇ ਸੀਗੇ, ਹਾਂ ਇੱਕ ਹੋਰ ਹੈ, ਇੱਕ ਬਲਵਿੰਦਰ ਬਾਈ ਸੀ ਉਹ ਸਾਊਦੀ ਅਰਬ ਵਾਲਾ, ਉਹਦੇ ਬਾਰੇ ਬਹੁਤ ਪੁੱਛਦੇ ਆ ਲੋਕ ਵੀ ਉਹਦਾ ਕੀ ਬਣਿਆ। ਫਿਰ ਉਹ ਲੋਕਡਾਊਨ ਚੱਲ ਰਿਹਾ ਉੱਥੇ, ਅਤੇ ਕਚਹਿਰੀਆਂ ਕੋਰਟ ਬੰਦ ਨੇ, ਅਤੇ ਹੋ ਸਕਦਾ ਕਹਿੰਦੇ ਵੀ ਉਹਨਾਂ ਕੋਲ ਨਾ 60 ਲੱਖ ਰੁਪਇਆ ਇਕੱਠਾ ਹੋਇਆ, ਅਤੇ ਹੋ ਸਕਦਾ ਵੀ 45 'ਚ ਵੀ ਸਰਜੇ, ਕਿਉਂਕਿ ਹੁਣ ਪਾਰਟੀ ਕਹਿੰਦੇ ਆ ਵੀ ਉਹ ਕੰਪਰੋਮਾਈਜ਼ ਕਰਨ 'ਤੇ ਆਈ ਹੋਈ ਹੈ, ਮਤਲਬ ਕਿ ਉਹ ਚਾਹੁੰਦੇ ਆ ਵੀ ਚਲੋ ਹੁਣ ਸੁਲਹਾ ਕਰੀਏ ਆਪਾਂ, ਇਹਦੇ ਵਿੱਚ ਖਤਮ ਕਰੀਏ ਇਹਨੂੰ, ਫੈਸਲਾ ਕਰੀਏ। ਅਤੇ ਉਹ ਹੋ ਸਕਦਾ 45 'ਚ ਵੀ ਹੋ ਜੇ, ਹੋ ਸਕਦਾ 1,90,00,000 ਰੁਪਇਆ ਮੰਗਿਆ ਸੀ, ਹੋ ਸਕਦਾ ਕਹਿੰਦੇ ਜੀ ਵੀ ਆਪਣੇ ਉਹਦੇ 'ਤੇ ਅੜ ਜੇ, ਪਰ ਇਹ ਵੀ ਪਤਾ ਲੱਗਿਆ ਵੀ ਘੱਟ ਤਾਂ ਹੋ ਜੂਗਾ ਸ਼ਾਇਦ 45 ਲੱਖ 'ਤੇ, ਪਰ 60 ਲੱਖ ਉਹਨਾਂ ਕੋਲ ਆਇਆ ਵਾ। ਉਹਨਾਂ ਨੇ ਵਾਅਦਾ ਕੀਤਾ ਹੋਇਆ ਵੀ ਜਿੰਨੇ ਵਿੱਚ ਵੀ ਹੋਇਆ ਜੇ ਬਚ ਗਏ ਪੈਸੇ ਤਾਂ ਉਹ ਖਾਲਸਾ ਸਾਈਡ ਨੂੰ ਦਿੱਤੇ ਜਾਣਗੇ, ਅਤੇ ਉਹਨਾਂ ਲੋਕਾਂ ਦੇ ਪੈਸੇ ਅਕਾਊਂਟ 'ਚ ਆਏ ਆ ਜਿਹੜੇ ਜਾਣਕਾਰ ਨਹੀਂ ਸੀਗੇ। ਹੁਣ ਜਿਹੜੀਆਂ ਬਾਕੀ ਸੰਸਥਾਵਾਂ ਆਈ ਉਹਨਾਂ ਨੂੰ ਅਸੀਂ ਰੋਕਿਆ ਹੋਇਆ ਵੀ ਭਾਈ 60 ਲੱਖ ਆਇਆ ਹੋਇਆ ਹੈ ਵੀ ਤੁਸੀਂ ਅਜੇ ਪਾਇਓ ਨਾ, ਕਿਉਂਕਿ ਤੁਹਾਨੂੰ ਤਾਂ ਅਸੀਂ 1 ਮਿੰਟ ਵਿੱਚ ਫੋਨ ਕਰਕੇ ਪਵਾ ਲਾਂਗੇ ਪੈਸਾ ਤੁਹਾਤੋਂ, ਵੀ ਫਿਰ ਜੇ ਲੋੜ ਪਈ ਤਾਂ ਤੁਸੀਂ ਪਾ ਦਿਓ, ਜੇ ਇਹਨਾਂ ਨਾਲੇ ਸਰ ਗਿਆ ਤਾਂ ਬਹੁਤ ਵਧੀਆ। ਸੋ ਉਹਦਾ ਵੀ ਜਿਹੜਾ ਹੈਗਾ ਏ ਉਹ ਚੱਲ ਰਿਹਾ ਜੀ, ਪ੍ਰੋਸੈਸ ਲੱਗੇ ਹੋਏ ਆ। ਪਰ ਹਾਂ ਸਾਊਦੀ ਅਰਬ ਬਲਵਿੰਦਰ ਦੇ ਨਾਲ ਵਾਲਾ ਸਾਥੀ ਸੀ, ਦੋ ਜਣੇ ਸੀਗੇ ਇਹ, ਜਤਿੰਦਰ ਸਿੰਘ ਅਤੇ ਬਲਵਿੰਦਰ, ਉਹ ਨਾਲ ਵਾਲਾ ਸਾਥੀ ਪੰਜਾਬ ਆ ਗਿਆ ਹੋਇਆ ਜੀ। ਉਹਦਾ 3.5 ਸਾਲ ਦੀ ਸਜ਼ਾ ਸੀ, ਪਰ 7 ਸਾਲ ਦੀ ਕੱਟ ਕੇ ਆਇਆ। ਪਰ ਉਸੇ ਵੀਡੀਓ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਇਆ ਵੀ ਉਹਦੇ ਸਾਥੀ ਨੂੰ ਤਾਂ ਰਿਹਾਈ ਮਿਲ ਗਈ, ਅਤੇ ਉਹਦੀ ਇੰਟਰਵਿਊ ਕਰਨ ਨੂੰ ਕਹਿੰਦੇ ਸੀ। ਮੈਂ ਕਿਹਾ ਨਹੀਂ ਕਰਨੀ ਨਹੀਂ ਆ, ਕਿਉਂਕਿ ਨਾਲ ਵਾਲਾ ਸਾਥੀ ਕੋਈ ਉਸ ਪਰਿਵਾਰ ਬਾਰੇ ਉਹੋ ਜਿਹੇ ਖੁਲਾਸੇ ਕਰਦੇ ਅਤੇ ਅਗਲੇ ਕਹਿਣ ਬਈ ਨਹੀਂ ਜੀ ਅਸੀਂ ਤਾਂ ਜੀ ਅਸੀਂ ਨਹੀਂ ਕੰਪਰੋਮਾਈਜ਼ ਕਰਨਾ, ਸਾਡੇ ਉੱਤੇ ਇਲਜ਼ਾਮ ਲਗਾ ਰਿਹਾ ਇਹਦਾ ਸਾਥੀ ਵੀ ਸਾਡਾ ਪੁੱਤ ਐਵੇਂ ਸੀ ਜਾਂ ਸਾਡੇ ਘਰ ਦੇ ਐਵੇਂ ਸੀਗੇ, ਜਿਹਦਾ ਕਤਲ ਕੀਤਾ ਗਿਆ ਉਹ ਤਾਂ ਐਵੇਂ ਸੀ, ਉਹਦੇ 'ਤੇ ਐਵੇਂ ਦੇ ਦੋਸ਼। ਕਈ ਵਾਰ ਹੁੰਦਾ ਨਾ ਗੱਲਾਂ ਕਰਦੇ ਕਰਦੇ ਮੈਂ ਇੰਟਰਵਿਊ ਕਰ ਲਈ, ਹੋਰ ਮੀਡੀਆ ਵਾਲੇ ਵੀ ਚੱਲ ਗਏ, ਫਿਰ ਜੇ ਗੱਲਾਂ 'ਚੋਂ ਗੱਲ ਸਵਾਲ ਉਹ ਜਿਹਾ ਹੋ ਗਿਆ ਤਾਂ ਹੋ ਸਕਦਾ ਫਿਰ ਬਲਵਿੰਦਰ ਨੂੰ ਖਤਰਾ ਹੋ ਜਾਵੇ। ਇਸ ਕਰਕੇ ਕਿਹਾ ਸੀ ਵੀ ਇਹਨੂੰ ਗੁਪਤੇ ਰੱਖਿਓ ਵੀ ਜੇ ਆ ਗਿਆ ਹੋਇਆ ਛੁੱਟ ਗਿਆ ਤਾਂ ਮਤਲਬ ਕਿ ਆਪਾਂ ਨੇ ਇੰਟਰਵਿਊ ਨਹੀਂ ਕਰਨੀ ਹੈਗੀ ਹਲੇ। ਫਿਰ ਬਲਵਿੰਦਰ ਬਾਈ ਆਊਗਾ ਅਤੇ ਉਹ ਮੁੰਡਾ, ਦੋਵੇਂ ਇਕੱਠਿਆਂ ਦੀ ਇੰਟਰਵਿਊ ਕਰਾਂ। ਸੋ ਵੀਰੋ ਉਮੀਦ ਹੈ ਵੀ ਤੁਸੀਂ ਇਸ ਦੇ ਵਿੱਚ ਆਪਣੀ ਅਕਲ ਦੇ ਨਾਲ, ਕਿਉਂਕਿ ਦਾਨ ਵੀ ਕਰਦੇ ਹੋ ਨਾ ਵੀਰੋ ਤਾਂ ਅਕਲ ਦੇ ਨਾਲ ਕਰਿਓ। ਪਰਮਾਤਮਾ ਨੇ ਵੀ ਕਿਹਾ ਅਕਲੀ ਕੀਚੈ ਦਾਨ, ਦਾਨ ਦੇਣ ਲੱਗੇ ਅਕਲ ਜ਼ਰੂਰ ਵਰਤ ਲਿਆ ਕਰੋ, ਕਿਉਂਕਿ ਅੱਖਾਂ ਮੀਚ ਕੇ ਦਾਨ ਨਾ ਕਰੀਏ। ਹੁਣ ਬਹੁਤ ਸਾਰੇ ਇੱਕ ਹੋਰ ਵੀਡੀਓ ਚੱਲਣੀ ਹੈਗੀ ਆ ਜਲਦੀ, ਅਤੇ ਉਹ ਵੀਡੀਓ ਵੀ ਬਹੁਤ ਕਾਫੀ ਦਰਦਨਾਕ ਹੈ। ਹਾਂ ਉੱਥੇ 10 ਲੱਖ ਆ ਜੇ 20 ਲੱਖ ਆ ਜਾਵੇ ਕੋਈ ਉਹ ਨਹੀਂ ਹੈਗਾ, ਕਿਉਂਕਿ ਉਹ ਮੰਜੇ 'ਤੇ ਜਿਹੜਾ ਪਿਆ ਬੰਦਾ ਯਾਰ ਉਹਦੇ ਕੋਲ ਤਾਂ ਜਿੰਨਾ ਆ ਗਿਆ ਠੀਕ ਹੈ, ਪਰ ਜਿਹੜਾ ਤੰਦਰੁਸਤ ਬੰਦਾ ਜੇ ਉਹਨੂੰ 10 ਲੱਖ ਦੀ ਲੋੜ ਹੈ ਤਾਂ ਉਹਨੂੰ 10 ਲੱਖ ਹੀ ਜਾਣਾ ਚਾਹੀਦਾ। ਇਸ ਤਰ੍ਹਾਂ ਦਾ ਕੋਈ ਉਪਾਅ ਕਰਾਂਗੇ ਫਿਰ ਵੀਡੀਓ ਬਣਾਵਾਂਗਾ। ਮਤਲਬ ਕਿ ਹੁਣ ਮੈਂ ਬਹੁਤ ਘਟਾਈਆਂ ਹੋਈਆਂ ਵੀਡੀਓ, ਮੇਰਾ ਮਨ ਬਹੁਤ ਦੁਖਿਆ ਇਹ 2-3 ਕੇਸ ਜਿਹੜੇ ਇਸ ਤਰ੍ਹਾਂ ਦੇ ਦੇਖਣ ਤੋਂ ਬਾਅਦ। ਚਲੋ ਖੈਰ ਰੱਬ ਖੈਰ ਕਰੇ, ਅਤੇ ਤੁਹਾਡੇ ਸਾਰਿਆਂ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਮਾਫ਼ੀ ਮੰਗਦਾ। ਸਤਿ ਸ਼੍ਰੀ ਅਕਾਲ।